ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਸਭ ਤੋਂ ਪਹਿਲਾਂ ਨਜ਼ਰ ਪਾਉਣਿਆਂ ਹੈ ਹੈਡਲਾਈਨਸ ਤੇ ਕੌਂਸਲਰ ਕੈਂਪਾ ਦੌਰਾਨ ਸੰਭਾਵਿਤ ਪ੍ਰਦਰਸ਼ਨ ਰੋਕਣ ਲਈ ਇੰਤਜ਼ਾਮ ਗੁਰਦੁਆਰੇ ਦੇ ਇਰਤਗਿਰਦ ਬਫਰ ਜ਼ੋਨ ਸਥਾਪਿਤ ਕਰਨ ਦੇ ਹੁਕਮ ਵੈਨਕੂਵਰ ਦੇ ਫੂਡ ਬੈਂਕ ਵੱਲੋਂ ਸਟੂਡੈਂਟਸ ਨੂੰ ਭੋਜਨ ਦੇਣ ਤੋਂ ਮਨਾਹੀ ਸਟੂਡੈਂਟਸ ਦੀ ਵੱਧ ਰਹੀ ਗਿਣਤੀ ਨੂੰ ਦੱਸਿਆ ਕਾਰਨ ਓਵੰਚ ਮ੍ਰਿਤਮੇਲੀ ਗੁਰਸਿਮਰਨ ਦੇ ਅੰਤਮ ਸੰਸਕਾਰ 'ਚ ਦੇਰ ਪਰਿਵਾਰ ਦੀ ਮਦਦ ਲਈ ਸਿੱਖ ਪਾਈਚਾਰਾ ਆਇਆ ਅੱਗੇ ਕੀਨ ਤੇ ਸਰਕਾਰੀ ਜਾਣਕਾਰੀ ਚੋਰੀ ਕਰਨ ਦੇ ਗੰਭੀਰ ਇਲਜ਼ਾਮ ਸਰਕਾਰ ਨਾਲ ਜੁੜੇ ਘੱਟੋ ਘੱਟ 20 ਨੈਟਵਰਕਸ ਦੇ ਵਿੱਚ ਹੋਈ ਖੁਸਪੈਟ ਬੀਸੀਡੀ ਸੁਪੀਰੀਅਰ ਕੋਰਟ ਦੇ ਇੱਕ ਜੱਜ ਨੇ ਇਸ ਸ਼ਨੀਵਾਰ ਵੈਨਪੂਵਰ ਦੇ ਸਭ ਤੋਂ ਵੱਡੇ ਗੁਰਦੁਆਰੇ ਸਾਹਿਬ 'ਚ ਭਾਰਤੀ ਕੌਂਸੂਲੇਟ ਦੇ ਅਧਿਕਾਰੀਆਂ ਤੇ ਪ੍ਰਦਰਸ਼ਨਕਾਰੀਆਂ ਦਰਮਿਆਨ ਸੰਭਾਵਿਤ ਟਕਰਾਅ ਦੇ ਮੱਦੇਨਜ਼ਰ ਗੁਰਦੁਆਰੇ ਦੇ ਇਰਤਗਿਰਦ ਬਫਰ ਜ਼ੋਨ ਸਥਾਪਿਤ ਕਰਨ ਦਾ ਹੁਕਮ ਦਿੱਤਾ ਹੈ ਰੌਸ ਸਟਰੀਟ ਗੁਰਦੁਆਰੇ ਦੇ ਲੀਡਰਾਂ ਨੇ 2 ਨਵੰਬਰ ਅਤੇ 16 ਨਵੰਬਰ ਨੂੰ ਪਲਾਨ ਕੀਤੇ ਦੋ ਭਾਰਤੀ ਕੌਂਸੂਲੇਟ ਕੈਂਪਾਂ ਤੋਂ ਪਹਿਲਾਂ ਅਦਾਲਤੀ ਹੁਕਮਾਂ ਲਈ ਅਰਜ਼ੀ ਦਿੱਤੀ ਸੀ ਦਰਸਲ ਕੈਨੇਡਾ 'ਚ ਹੁੰਦੇ ਅਪਰਾਧਾਂ 'ਚ ਭਾਰਤ ਸਰਕਾਰ ਦੀ ਸ਼ਮੂਲੀਅਤ ਦੇ ਇਲਜ਼ਾਮਾਂ ਤੋਂ ਬਾਅਦ ਕੈਨੇਡਾ ਅਤੇ ਭਾਰਤ ਦਾ ਤਣਾਅ ਹੋਰ ਡੂੰਘਾ ਹੋ ਗਿਆ ਹੈ ਇਹ ਕੈਂਪ ਹਰ ਸਾਲ ਆਯੋਜਿਤ ਕੀਤੇ ਜਾਂਦੇ ਨੇ ਅਦਾਲਤ 'ਚ ਦਾਇਰ ਦਸਤਾਵੇਜ਼ਾਂ 'ਚ ਇਨ੍ਹਾਂ ਕੈਂਪਾਂ ਨੂੰ ਭਾਰਤੀ ਮੂਲ ਦੇ ਬਜ਼ੁਰਗਾਂ ਲਈ ਭਾਰਤ ਦੇ ਕੌਂਸੂਲੇਟ 'ਚ ਵਿਅਕਤੀਗਤ ਤੌਰ ਤੇ ਹਾਜ਼ਰ ਹੋਣ ਤੋਂ ਬਗੈਰ ਹੀ ਭਾਰਤ ਸਰਕਾਰ ਨਾਲ ਜੁੜੇ ਪ੍ਰਸ਼ਾਸਕੀ ਕੰਮਾਂ ਜਿਸ ਵਿੱਚ ਮੁੱਖ ਤੌਰ ਤੇ ਉਹਨਾਂ ਦੀਆਂ ਪੈਨਸ਼ਨਾਂ ਦਾ ਕੰਮ ਹੈ ਨੂੰ ਪੂਰਾ ਕਰਨ ਦੇ ਇੱਕ ਤਰੀਕੇ ਵਜੋਂ ਦਰਸਾਇਆ ਗਿਆ ਹੈ ਗੁਰਦੁਆਰੇ ਦੇ ਪ੍ਰਬੰਧਕਾਂ ਦਾ ਕਹਿਣਾ ਕਿ RCMP ਦੇ ਹਾਲ ਹੀ ਦੇ ਦੋਸ਼ਾਂ ਕਿ ਭਾਰਤੀ ਕਾਉਂਸਲਰ ਅਧਿਕਾਰੀ ਕੈਨੇਡਾ 'ਚ ਗੈਰਕਾਨੂੰਨੀ ਤੇ ਹਿੰਸਕ ਗਤੀਵਿਧੀਆਂ 'ਚ ਸ਼ਾਮਲ ਨੇ ਦੀ ਰੌਸ਼ਨੀ 'ਚ ਇਸ ਸਾਲ ਕੈਂਪਾਂ ਦੇ ਖਿਲਾਫ ਤਿੱਖੇ ਵਿਰੋਧ ਦੀ ਸੰਭਾਵਨਾ ਹੈ। ਰੌਸ ਸਟਰੀਟ ਗੁਰਦੁਆਰੇ ਦੇ ਪੱਖ ਦੇ ਵਕੀਲ ਸਕਾਟ ਟਰਨਰ ਨੇ ਕਿਹਾ ਹੈ ਕਿ ਇਸ ਸਮੇਂ ਖਾਲਿਸਤਾਨ ਸਮਰਥਕਾਂ ਅਤੇ ਭਾਰਤ ਸਰਕਾਰ ਦਰਮਿਆਨ ਮਾਹੌਲ ਤਣਾਅਪੂਰਨ ਹੈ ਤੇ ਖਾਲਿਸਤਾਨੀ ਸਮਰਥਕ ਭਾਰਤ ਸਰਕਾਰ ਨਾਲ ਸਬੰਧਤ ਹਰੇਕ ਆਯੋਜਨ ਦੇ ਵਿਰੋਧ ਨੇ ਜਿਸ ਵਿੱਚ ਕੈਨੇਡਾ ਅੰਦਰ ਹੁੰਦੇ ਆਯੋਜਨ ਵੀ ਸ਼ਾਮਲ ਨੇ। ਸਾਡਾ ਮੰਨਣਾ ਹੈ ਕਿ ਇਹ ਉਚਿਤ ਨਹੀਂ ਹੈ ਕਿਉਂਕਿ ਲੋਕਾਂ ਨੂੰ ਕਾਉਂਸਲਰ ਸੇਵਾਵਾਂ ਚਾਹੀਦੀਆਂ ਨੇ ਅਤੇ ਅਸੀਂ ਲੋਕਾਂ ਨੂੰ ਕਾਉਂਸਲਰ ਸੇਵਾਵਾਂ ਤੱਕ ਪਹੁੰਚ 'ਚ ਮਦਦ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਅਦਾਲਤੀ ਹੁਕਮ ਉਦੋਂ ਆਇਆ ਜਦੋਂ ਕੁਝ ਹਫ਼ਤੇ ਪਹਿਲਾਂ ਸਰੀ ਦੇ ਗੁਰੂ ਨਾਨਕ ਸਿੱਖ ਗੁਰਦੁਆਰੇ ਦੇ ਨੁਮਾਇੰਦਿਆਂ ਵਿੱਚੋਂ 6 ਭਾਰਤੀ ਡਿਪਲੋਮੈਟਸ ਨੂੰ ਅਪਰਾਧਿਕ ਗਤੀਵਿਧੀਆਂ ਅਤੇ ਕਥਿਤ ਸਮੂਲੀਅਤ ਕਾਰਨ ਕੱਢੇ ਜਾਣ ਤੋਂ ਬਾਅਦ ਭਾਰਤੀ ਕੌਂਸੂਲੇਟ ਨੂੰ ਬੰਦ ਕਰਨ ਦੀ ਮੰਗ ਕੀਤੀ ਗਈ। ਕੈਨੇਡੀਅਨ ਸਰਕਾਰ ਦਾ ਦਾਵਾ ਹੈ ਕਿ ਖਾਲਿਸਤਾਨ ਪੱਖੀ ਕਾਰਕੁਨਾਂ ਤੇ ਹੁੰਦੇ ਲੜੀਵਾਰ ਹਮਲਿਆਂ ਪਿੱਛੇ ਭਾਰਤ ਦਾ ਹੱਥ ਹੈ। ਕੈਨੇਡਾ ਚ ਵਧਰੀ ਭੋਜਨ ਦੀ ਮੰਗ ਨਵੀਂ ਚਿੰਤਾ ਖੜੀ ਕਰ ਰਹੀ ਹੈ। ਜਿਸ ਦੇ ਨਤੀਜੇ ਵਜੋਂ ਹਾਲ ਹੀ ਚ ਵੈਂਕੂਵਰ ਦੇ ਇੱਕ ਸਥਾਨਕ ਫੂਡ ਬੈਂਕ ਨੇ ਪਹਿਲੇ ਸਾਲ ਦੇ ਕੁਮੰਤਰੀ ਵਿਦਿਆਰਥੀਆਂ ਨੂੰ ਭੋਜਨ ਦੇਣ ਤੋਂ ਮਨਾ ਕਰ ਦਿੱਤਾ ਹੈ। ਕੈਨੇਡਾ ਦੀਆਂ ਮੀਡੀਆ ਰਿਪੋਰਟਸ ਮੁਤਾਬਕ ਗ੍ਰੇਟਰ ਵੈਂਕੂਵਰ ਫੂਡ ਬੈਂਕ ਨੇ ਉਹਨਾਂ ਕੋਲ ਰੋਜ਼ਾਨਾ ਵਧਰੀ ਗਿਣਤੀ ਨੂੰ ਮੁੱਖ ਕਾਰਨ ਦੱਸਿਆ ਹੈ। ਉਹਨਾਂ ਮੁਤਾਬਕ ਕੁਝ ਕੁ ਸਾਲਾਂ ਵਿੱਚ ਹੀ ਉਹਨਾਂ ਉੱਪਰ ਭਾਰੀ ਬੋਝ ਪਿਆ ਹੈ। Greater Vancouver Food Bank ਚ ਬਤੌਰ ਸੰਚਾਰ ਪ੍ਰਬੰਧਕ ਐਮਾ ਨੈਲਸਨ ਨੇ মিডিਆ ਨੂੰ ਈਮੇਲ ਰਾਹੀਂ ਦੱਸਿਆ ਸਰਕਾਰ ਦੀ ਮੌਜੂਦਾ ਨੀਤੀ ਕਹਿੰਦੀ ਹੈ ਕਿ ਕੁਮਾਂਤਰੀ ਵਿਦਿਆਰਥੀਆਂ ਨੂੰ ਕੈਨੇਡਾ ਆਉਣ ਤੋਂ ਪਹਿਲਾਂ ਆਪਣੇ ਨਾਲ ਵੱਡੀ ਬਚਤ ਨਾਲ ਲੈ ਕੇ ਆਉਣ ਦੀ ਲੋੜ ਹੁੰਦੀ ਹੈ ਫੈਡਰਲ ਨਿਯਮਾਂ ਅਨੁਸਾਰ ਕੈਨੇਡਾ 'ਚ ਪੜਨ ਲਈ ਆਉਣ ਲਈ ਕੁਮਾਂਤਰੀ ਵਿਦਿਆਰਥੀਆਂ ਨੂੰ ਟਿਊਸ਼ਨ ਅਤੇ ਯਾਤਰਾ ਦੇ ਖਰਚਿਆਂ ਤੋਂ ਇਲਾਵਾ 20635 ਡਾਲਰ ਨਿੱਜੀ ਬਚਤ ਲਈ ਆਪਣੇ ਕੋਲ ਰੱਖਣੇ ਹੁੰਦੇ ਨੇ ਕੈਨੇਡਾ ਵਿੱਚਲੇ ਕਮਾਂਤਰੀ ਵਿਦਿਆਰਥੀ کارਕੁਨ ਜਸਕਰਨ ਬੈਨੀਪਾਲ ਦਾ ਕਹਿਣਾ ਹੈ ਗ੍ਰੇਟਰ ਵੈਂਕੂਵਰ ਫੂਡ ਬੈਂਕ ਵੱਲੋਂ ਵਿਦਿਆਰਥੀਆਂ ਦੇ ਜੀਆਈਸੀ ਦਾ ਕਾਰਨ ਦੱਸ ਕੇ ਭੋਜਨਾਂ ਨੂੰ ਮਨ੍ਹਾ ਕਰਨਾ ਬੇहद ਮੰਦਪਾ ਗਾਇ ਹੈ ਇਸ ਫੈਸਲੇ ਤੋਂ ਬਾਅਦ ਗ੍ਰੇਟਰ ਵੈਂਕੂਵਰ ਫੂਡ ਬੈਂਕ ਨੂੰ ਆਲੋਚਨਾ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਹੈ ਸਥਾਨਕ ਫੂਡ ਬੈਂਕ ਦਾ ਇਹ ਫੈਸਲਾ ਉਸ ਸਮੇਂ ਆਇਆ ਜਦੋਂ ਕੈਨੇਡਾ 'ਚ ਕਰਿਆਨੇ ਦੀਆਂ ਕੀਮਤਾਂ ਤੇ ਬੇਰੋਜ਼ਗਾਰੀ ਸਿਖਲੇ ਪੱਧਰ ਤੇ ਹੈ ਮਹਿੰਗਾਈ ਤੇ ਬੇਰੋਜ਼ਗਾਰੀ ਦੀ ਮਾਰ ਨੇ ਉਦੋਂ ਦੇ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ। ਕੈਨੇਡਾ 'ਚ ਵੱਡੀ ਗਿਣਤੀ ਪਹੁੰਚ ਰਹੇ ਕਮਾਂਤਰੀ ਵਿਦਿਆਰਥੀਆਂ ਸਾਹਮਣੇ ਰੋਜ਼ਗਾਰ ਦੇ ਨਾਲ ਨਾਲ ਹੁਣ ਭੋਜਨ ਦੀ ਵੀ ਵੱਡੀ ਚੁਣੌਤੀ ਖੜੀ ਹੋ ਗਈ ਹੈ। ਕੈਨੇਡਾ ਦੇ ਗ੍ਰੇਟਰ ਵੈਂਕੂਵਰ ਫੂਡ ਬੈਂਕ ਦੀ ਵੈੱਬਸਾਈਟ ਮੁਤਾਬਕ ਉਹਨਾਂ ਵੱਲੋਂ ਹਰ ਮਹੀਨੇ ਲਗਭਗ 15000 ਲੋੜਵੰਦ ਵਿਅਕਤੀਆਂ ਨੂੰ ਭੋਜਨ ਮੁਹੱਈਆ ਕਰਵਾਇਆ ਜਾਂਦਾ ਹੈ। ਗ੍ਰੇਟਰ ਵੈਂਕੂਵਰ ਫੂਡ ਬੈਂਕ ਅਨੁਸਾਰ ਉਹਨਾਂ ਦੀ ਸੰਸਥਾ ਨੂੰ ਕੋਈ ਸਰਕਾਰੀ ਫੰਡਿੰਗ ਨਹੀਂ ਮਿਲਦੀ। ਉਹਨਾਂ ਨੂੰ ਸਿਰਫ ਲੋਕਾਂ ਤੇ ਉਹਨਾਂ ਦੇ ਸਨਤ ਵਿਚਲੇ ਭਾਈਵਾਲਾਂ ਦੀ ਸਹਾ ਗ੍ਰੇਟਰ ਵੈਂਕੂਵਰ ਫੂਡ ਬੈਂਕ ਦੇ ਸੀਈਓ ਡੇਵਿਡ ਅਲੌਂਗ ਨੇ ਕੈਨੇਡਾ ਦੇ ਟੀਵੀ ਚੈਨਲ ਸੀਟੀਵੀ ਨਿਊਜ਼ ਨਾਲ ਗੱਲਬਾਤ ਕਰਦਿਆਂ ਕਿਹਾ ਕਿ 6 ਸਾਲ ਪਹਿਲਾਂ ਉਨ੍ਹਾਂ ਕੋਲ 6500 ਲੋਕ ਰਜਿਸਟਰਡ ਸਨ ਜਿਨ੍ਹਾਂ ਦੀ ਗਿਣਤੀ ਹੁਣ 15000 ਹੋ ਗਈ ਹੈ ਅਸੀਂ ਭੋਜਨ ਦੀ ਮਾਤਰਾ ਦੀ ਮੰਗ 'ਚ ਭਾਰੀ ਵਾਧਾ ਦੇਖ ਰਹੇ ਹਾਂ ਇਹ ਅੰਕੜੇ ਹੈਰਾਨ ਕਰਨ ਵਾਲੇ ਨੇ ਉਨ੍ਹਾਂ ਕਿਹਾ ਕਿ ਉਨ੍ਹਾਂ ਕੋਲ ਆਉਣ ਵਾਲੇ ਨੌਜਵਾਨਾਂ ਤੋਂ ਲੈ ਕੇ ਨਿਸ਼ਚਿਤ ਆਮਦਨੀ ਵਾਲੇ ਬਜ਼ੁਰਗ ਤੱਕ ਹੁੰਦੇ ਨੇ ਜੋ ਮੌਜੂਦਾ ਸਮੇਂ 'ਚ ਇਸ ਵੱਧਦੀ ਮਹਿੰਗਾਈ 'ਚ guzara ਨਹੀਂ ਕਰ ਸਕਦੇ ਅਸੀਂ ਬਹੁਤ ਸਾਰੇ ਲੋਕ ਦੇਖ ਰਹੇ ਹਾਂ ਖਾਸ ਕਰਕੇ ਵੈਨਕੂਵਰ ਚ ਜੋ ਪੂਰੇ ਸਮੇਂ ਦੀ ਨੌਕਰੀ ਕਰਦੇ ਨੇ ਉਹ ਆਪਣੇ ਬੀਮੇ ਦਾ ਭੁਗਤਾਨ ਕਰਦੇ ਨੇ ਉਹਨਾਂ ਕੋਲ ਨੌਕਰੀ ਹੈ ਪਰ ਉਹ ਆਪਣੇ ਕਿਰਾਏ ਆਪਣੀ ਰਿਹائش ਤੇ ਆਪਣੇ ਵਾਹਨ ਦਾ ਭੁਗਤਾਨ ਸਮੇਂ ਸਿਰ ਨਹੀਂ ਕਰ ਸਕਦੇ ਵੈਨਕੂਵਰ ਸ਼ਹਿਰ ਦੇ ਕਾਉਂਸਲਰ ਐਡਰੀਅਨ ਕੈਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਗ੍ਰੇਟਰ ਵੈਨਕੂਵਰ ਫੂਡ ਬੈਂਕ ਲਈ ਇਹ ਸਮੱਸਿਆਵਾਂ ਨਵੀਆਂ ਨਹੀਂ ਕਿਉਂਕਿ ਸਿਸਟਮ ਪ੍ਰਣਾਲੀ ਚ ਹੀ ਦਿੱਕਤਾਂ ਨੇ ਉਹਨਾਂ ਕਹਿੰਦਾ ਮੈਂ ਫੂਡ ਬੈਂਕ ਨੂੰ ਦੋਸ਼ੀ ਨਹੀਂ ਠਹਿਰਾ ਰਹੀ ਕਿਉਂਕਿ ਉਹਨਾਂ ਕੋਲ ਕੰਮ ਓਵਰਲੋਡ ਹੋ ਗਿਆ ਹੈ ਬਹੁਤ ਸਾਰੇ ਪਰਵਾਰਾਂ ਤੇ ਬਜ਼ੁਰਗਾਂ ਨੇ ਉਹਨਾਂ ਤੱਕ ਪਹੁੰਚ ਕੀਤੀ ਹੈ ਮੈਨੂੰ ਲੱਗਦਾ ਹੈ ਕਿ ਸਰਕਾਰ ਨੂੰ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ 19 ਸਾਲਾ ਗੁਰਸਿਮਰਨ ਕੌਰ ਦੀ ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ ਦੀ ਰਾਜਧਾਨੀ ਹੈਲੀਫੈਕਸ 'ਚ ਸਥਿਤ ਇੱਕ ਵਾਲਮਾਰਟ ਸਟੋਰ ਦੇ ਓਵਨ 'ਚ ਰਹੱਸਮਈ ਹਾਲਾਤ 'ਚ ਮੌਤ ਹੋਈ ਸੀ ਬੀਤੀ 19 ਅਕਤੂਬਰ ਨੂੰ ਗੁਰਸਿਮਰਨ ਕੌਰ ਦੀ ਓਵਨ 'ਚੋਂ ਸੜੀ ਹੋਈ ਲਾਸ਼ ਮਿਲੀ ਸੀ ਪਹਿਲੀ ਨਜ਼ਰੇ ਇਸ ਨੂੰ ਹਾਦਸਾ ਦੱਸਿਆ ਗਿਆ ਪਰ ਸੋਸ਼ਲ ਮੀਡੀਆ ਉੱਤੇ ਮਾਮਲਾ ਚਰਚਾ ਦਾ ਵਿਸ਼ਾ ਬਣਿਆ ਤਾਂ ਕਈ ਸ਼ੰਕੇ ਖੜੇ ਹੋਏ ਹਾਲਾਂਕਿ ਪਰਿਵਾਰ ਵੱਲੋਂ ਅਜੇ ਤੱਕ ਸਾਰੀ ਘਟਨਾ ਉੱਤੇ ਕੋਈ ਸਵਾਲ ਨਹੀਂ ਖੜਾ ਕੀਤਾ ਗਿਆ ਗੁਰਸਿਮਰਨ ਦੇ ਪਰਿਵਾਰ ਦੀ ਮਦਦ ਲਈ ਦੇਸ਼ਾਂ ਵਿਦੇਸ਼ਾਂ 'ਚ ਵਸਦਾ ਸਿੱਖ ਭਾਈਚਾਰਾ ਅੱਗੇ ਆਇਆ ਏ ਗੁਰਦੁਆਰਾ ਮੈਰੀਟਾਈਮ ਸਿੱਖ ਸੁਸਾਇਟੀ ਦੇ ਸਕੱਤਰ ਬਲਬੀਰ ਸਿੰਘ ਨੇ ਜਾਣਕਾਰੀ ਦਿੱਤੀ ਕਿ 19 ਸਾਲਾ ਗੁਰਸਿਮਰਨ ਕੌਰ ਦਾ ਪਿਛੋਕੜ ਪੰਜਾਬ ਦੇ ਜਲੰਧਰ ਸ਼ਹਿਰ ਤੋਂ ਸੀ ਉਸ ਦੇ ਪਰਿਵਾਰ 'ਚ ਮਾਪੇ ਅਤੇ 12 ਸਾਲ ਦਾ ਭਰਾ ਹੈ ਉਹ ਆਪਣੀ ਮਾਂ ਅਤੇ ਭਰਾ ਨਾਲ 2 ਸਾਲ ਪਹਿਲਾਂ ਹੀ ਕੈਨੇਡਾ ਦੇ ਨੋਵਾ ਸਕੋਸ਼ੀਆ ਸੂਬੇ 'ਚ ਆਈ ਸੀ ਇਸ ਤੋਂ ਪਹਿਲਾਂ ਉਹ 1 ਸਾਲ ਆਪਣੇ ਮਾਪਿਆਂ ਨਾਲ ਇੰਗਲੈਂਡ 'ਚ ਰਹੀ ਸੀ ਜਦਕਿ ਉਸਦੇ ਮਾਤਾ ਪਿਤਾ ਲਗਭਗ 10-12 ਸਾਲ ਤੋਂ ਇੰਗਲੈਂਡ 'ਚ ਰਹਿ ਰਹੇ ਸੀ ਗੁਰਸਿਮਰਨ ਕੌਰ ਉਸਦੀ ਮਾਂ ਤੇ ਭਰਾ ਪੀਆਰ ਲੈ ਕੇ ਹੀ ਕੈਨੇਡਾ ਆਈ ਸੀ ਜਦਕਿ ਉਸਦੇ ਪਿਤਾ ਨੂੰ ਪੀਆਰ ਨਹੀਂ ਮਿਲੀ ਸੀ ਇਸ ਕਰਕੇ ਉਹ ਵਾਪਸ ਪੰਜਾਬ ਪਰਤ ਗਏ ਸਨ ਜਦੋਂ ਗੁਰਸਿਮਰਨ ਦੀ ਮੌਤ ਹੋਈ ਉਸ ਦਾ ਭਰਾ ਜਲੰਧਰ ਚ ਆਪਣੇ ਪਿਤਾ ਕੋਲ ਰਹਿ ਰਿਹਾ ਸੀ ਬਲਬੀਰ ਸਿੰਘ ਦੱਸਦੇ ਨੇ ਕਿ ਗੁਰਸਿਮਰਨ ਦੇ ਭਰਾ ਦਾ ਪੰਜਾਬ ਚ ਇਲਾਜ ਚੱਲਦਾ ਹੋਣ ਕਰਕੇ ਉਹ ਆਪਣੇ ਪਿਤਾ ਕੋਲ ਰਹਿ ਰਿਹਾ ਸੀ ਉਹਨਾਂ ਇਹ ਵੀ ਦੱਸਿਆ ਕਿ ਗੁਰਸਿਮਰਨ ਦੇ ਮਾਤਾ ਪਿਤਾ ਦੇ ਇੰਗਲੈਂਡ ਚ ਰਹਿਣ ਕਰਕੇ ਗੁਰਸਿਮਰਨ ਅਤੇ ਉਸ ਦੇ ਭਰਾ ਦਾ ਪਾਲਣ ਪੋਸ਼ਣ ਉਸ ਦੇ ਤਾਏ ਨੇ ਹੀ ਕੀਤਾ ਬਲਬੀਰ ਸਿੰਘ ਦੱਸਦੇ ਨੇ ਕਿ ਘਟਨਾ ਤੋਂ ਅਗਲੇ ਦਿਨ ਉਹਨਾਂ ਨੂੰ ਪਤਾ ਲੱਗਿਆ ਕਿ ਸਿੱਖ ਭਾਈਚਾਰੇ ਨਾਲ ਸਬੰਧਤ ਨੌਜਵਾਨ ਕੁੜੀ ਦੀ ਹਾਦਸੇ ਚ ਮੌਤ ਹੋ ਗਈ ਹੈ ਇਸ ਤੋਂ ਤੁਰੰਤ ਬਾਅਦ ਵਰ ਦੁਆਰਾ ਮੈਰੀਟਾਈਮ ਸਿਕ ਸੋਸਾਇਟੀ ਨੇ ਕੁੜੀ ਦੀ ਮਾਤਾ ਨਾਲ ਸੰਪਰਕ ਕੀਤਾ ਤੇ ਸਾਰੇ ਘਟਨਾਕ੍ਰਮ ਦੀ ਜਾਣਕਾਰੀ ਹਾਸਲ ਕੀਤੀ ਅਤੇ ਪਰਿਵਾਰ ਦੀ ਮਦਦ ਕਰਨ ਦਾ ਫੈਸਲਾ ਕੀਤਾ। ਪਰਿਵਾਰ ਦੀ ਮਦਦ ਲਈ ਸੋਸਾਇਟੀ ਨੇ ਪੈਸੇ ਇਕੱਠੇ ਕਰਨ ਦੀ ਆਨਲਾਈਨ ਪਹਿਲ ਕੀਤੀ। ਇਸ ਪਹਿਲ ਕਦਮੀ ਦੀ ਸੰਸਾਰ ਭਰ ਚ ਵਸਦੇ ਸਿੱਖ ਭਾਈਚਾਰੇ ਨੇ ਹਮਾਇਤ ਕੀਤੀ ਤੇ ਪੈਸੇ ਦਾਨ ਕੀਤੇ। ਇਸ ਪਹਿਲ ਕਦਮੀ ਤਹਿਤ 1,93,000 ਤੋਂ ਵੱਧ ਕੈਨੇਡੀਅਨ ਡਾਲਰ 24 ਘੰਟਿਆਂ ਚ ਹੀ ਇਕੱਠੇ ਹੋ ਗਏ ਤੇ 24 ਘੰਟਿਆਂ ਮਗਰੋਂ ਇਸ ਪਹਿਲ ਨੂੰ ਬੰਦ ਕਰ ਦਿੱਤਾ ਗਿਆ। ਬਲਬੀਰ ਸਿੰਘ ਨੇ ਕਿਹਾ ਕਿ ਪਹਿਲਾਂ ਸਾਡਾ ਟੀਚਾ ਸਿਰਫ 50000 ਡਾਲਰ ਇਕੱਠੇ ਕਰਨਾ ਸੀ ਤੇ ਅਸੀਂ ਉਮੀਦ ਕਰ ਰਹੇ ਸੀ ਕਿ ਪੈਸੇ ਇਕੱਠੇ ਹੋਣ ਚ 2 ਤੋਂ 3 ਦਿਨ ਲੱਗ ਜਾਣਗੇ ਪਰ ਇਹ ਰਕਮ 12 ਘੰਟਿਆਂ ਚ ਹੀ ਪੂਰੀ ਹੋ ਗਈ ਇਸ ਮਗਰੋਂ ਸਾਨੂੰ ਹੋਰ ਨਾਲ ਦੇਸ਼ਾਂ ਜਿਵੇਂ ਆਸਟ੍ਰੇਲੀਆ ਅਮਰੀਕਾ ਇੰਗਲੈਂਡ ਜਰਮਨੀ ਤੇ ਇਟਲੀ ਚ ਵਸਦੇ ਸਿੱਖ ਭਾਈਚਾਰੇ ਤੋਂ ਫੰਡ ਇਕੱਠਾ ਕਰਨ ਦੀ ਪਹਿਲ ਨੂੰ ਜਾਰੀ ਰੱਖਣ ਦੇ ਫੋਨ ਆਉਣੇ ਸ਼ੁਰੂ ਹੋ ਗਏ ਫਿਰ ਅਸੀਂ ਇਸ ਨੂੰ 24 ਘੰਟੇ ਤੱਕ ਜਾਰੀ ਰੱਖਿਆ ਇਸ ਤੋਂ ਇਲਾਵਾ ਗੁਰਦੁਆਰਾ ਮੈਰੀਟਾਈਮ ਸਿੱਖ ਸੁਸਾਇਟੀ ਅਤੇ ਗੁਰਸਿਮਰਨ ਦੇ ਪਰਿਵਾਰ ਨੂੰ ਡਾਕਟਰੀ ਸਹਾਇਤਾ ਵੀ ਮੁਹੱਈਆ ਕਰਵਾਈ ਜਾ ਰਹੀ ਮਨੋਵਿਗਿਆਨਕ ਮਦਦ ਵੀ ਸ਼ਾਮਲ ਹੈ ਮ੍ਰਿਤਕਾ ਦੇ ਸੰਸਕਾਰ ਦੀ ਜ਼ਿੰਮੇਵਾਰੀ ਵੀ ਸੋਸਾਇਟੀ ਵੱਲੋਂ ਲਈ ਗਈ ਹੈ ਬਲਬੀਰ ਸਿੰਘ ਮੁਤਾਬਕ ਗੁਰਸਿਮਰਨ ਦੇ ਅੰਤਿਮ ਸੰਸਕਾਰ 'ਚ ਅਜੇ ਕੁਝ ਹੋਰ ਦਿਨ ਲੱਗਣਗੇ ਫਿਲਹਾਲ ਗੁਰਸਿਮਰਨ ਦੀ ਮ੍ਰਿਤਕ ਦੇ ਲੋਕਲ ਮੈਡੀਕਲ ਸੈਂਟਰ 'ਚ ਪੁਲਿਸ ਦੀ ਨਿਗਰਾਨੀ ਹੇਠ ਹੈ ਕੈਨੇਡਾ ਦੀ ਸਾਈਬਰ ਖੁਫੀਆ ਏਜੰਸੀ ਨੇ ਇੱਕ ਨਵੀਂ ਰਿਪੋਰਟ ਚ ਕਿਹਾ ਹੈ ਕਿ ਚੀਨ ਵੱਲੋਂ ਸਪான்ਸਰ ਕੀਤੇ ਅੰਸਰਾਂ ਨੇ ਪਿਛਲੇ 5 ਸਾਲਾਂ ਦੌਰਾਨ ਕੈਨੇਡੀਅਨ ਸਰਕਾਰੀ ਨੈਟਵਰਕਾਂ 'ਚ ਕੁਸਪੈਟ ਕੀਤੀ ਅਤੇ ਕੀਮਤੀ ਜਾਣਕਾਰੀ ਇਕੱਠੀ ਕੀਤੀ ਹੈ। ਕੈਨੇਡਾ 'ਚ ਸਾਈਬਰ ਸੁਰੱਖਿਆ ਦੀ ਨਿਗਰਾਨੀ ਕਰਨ ਵਾਲੀ خفیہ ਏਜੰਸੀ ਕਮਿਊਨੀਕੇਸ਼ਨਜ਼ ਸਿਕਿਉਰਿਟੀ ਇਸਟੈਬਲਿਸ਼ਮੈਂਟ ਨੇ ਸਾਈਬਰ ਖਤਰਿਆਂ ਦੇ ਮੁਲਾਂਕਣ ਬਾਰੇ ਆਪਣੀ ਅਪਡੇਟ ਕੀਤੀ ਰਿਪੋਰਟ ਜਾਰੀ ਕੀਤੀ ਹੈ। ਇਸ ਮੁਲਾਂਕਣ 'ਚ ਏਜੰਸੀ ਉਹਨਾਂ ਖਤਰਿਆਂ ਨੂੰ ਉਜਾਗਰ ਕਰਦੀ ਹੈ ਜਿਨ੍ਹਾਂ ਨੂੰ ਉਹ ਕੈਨੇਡਾ ਦੇ ਵਿਅਕਤੀਆਂ ਜਾਂ ਸੰਸਥਾਵਾਂ ਪ੍ਰਤੀ ਸਭ ਤੋਂ ਮਹੱਤਵਪੂਰਨ ਮੰਦੀ ਹੈ। CSE ਦੀ ਤਾਜ਼ਾ ਰਿਪੋਰਟ ਚ ਚੀਨ ਨੂੰ ਕੈਨੇਡਾ ਦੀ ਸਾਈਬਰ ਸੁਰੱਖਿਆ ਲਈ ਸਭ ਤੋਂ ਵੱਡਾ ਖਤਰਾ ਦੱਸਿਆ ਗਿਆ ਹੈ ਇਸ ਵਿੱਚ ਕਿਹਾ ਗਿਆ ਹੈ ਕਿ ਜਿਸ ਕਿਸਮ ਦਾ ਪੱਦਰ ਬਾਰਿਕੀਆਂ ਤੇ ਅਭਿਲਾਸ਼ਾਵਾਂ ਚੀਨ ਦੀਆਂ ਹਨ ਅਜਈਆਂ ਕਿਸੇ ਦੇਸ਼ ਦੀਆਂ ਨਹੀਂ ਰਿਪੋਰਟ ਚ ਕਿਹਾ ਗਿਆ ਕਿ ਚੀਨ ਸਰਕਾਰ ਵੱਲੋਂ ਸਮਰਥਤ ਅੰਸਰ ਕੈਨੇਡਾ ਚ ਫੈਡਰਲ ਸੂਬਾਈ ਖੇਤਰੀ ਮਿਊਨਿਸਪਲ ਅਤੇ ਮੂਲ ਨਿਵਾਸੀ ਸਰਕਾਰੀ ਨੈਟਵਰਕਸ ਦੇ ਖਿਲਾਫ ਵਾਰ-ਵਾਰ ਸਾਈਬਰ ਜਸੂਸੀ ਮੁਹਿੰਮਾਂ ਚਲਾਉਂਦੇ ਨੇ CSC ਨੇ ਕਿਹਾ ਚੀਨ ਦੇ ਸਾਈਬਰ ਖਤਰੇ ਦੇ ਅਨਸਰਾਂ ਨੇ ਪਿਛਲੇ 5 ਸਾਲਾਂ 'ਚ ਸੰਚਾਰ ਤੇ ਹੋਰ ਕੀਮਤੀ ਜਾਣਕਾਰੀ ਇਕੱਠੀ ਕਰਦੇ ਹੋਏ ਕਈ ਸਰਕਾਰੀ ਨੈਟਵਰਕਸ 'ਤੇ ਕੁਸਪੈਟ ਕੀਤੀ। ਸਰਕਾਰੀ ਏਜੰਸੀ ਅਨੁਸਾਰ ਕੈਨੇਡਾ ਸਰਕਾਰ ਦੀਆਂ ਏਜੰਸੀਆਂ ਤੇ ਵਿਭਾਗਾਂ ਨਾਲ ਜੁੜੇ ਘੱਟੋ-ਘੱਟ 20 ਨੈਟਵਰਕਸ 'ਤੇ ਕੁਸਪੈਟ ਕੀਤੀ ਗਈ ਹੈ। ਰਿਪੋਰਟ ਕਹਿੰਦੀ ਹੈ ਭਾਵੇਂ ਫੈਡਰਲ ਸਰਕਾਰ ਖਿਲਾਫ ਹੋਈਆਂ ਸਾਰੀਆਂ ਕੁਸਪੈਟਾਂ ਦਾ ਹੱਲ ਕਰ ਲਿਆ ਗਿਆ ਪਰ ਇਹ ਪੂਰੀ ਸੰਭਾਵਨਾ ਹੈ ਕਿ ਇਹਨਾਂ ਕੁਸਪੈਟਾਂ ਲਈ ਜ਼ਿੰਮੇਵਾਰ ਅਨਸਰਾਂ ਨੇ ਟਾਰਗੇਟ ਕੀਤੇ ਗਏ ਨੈਟਵਰਕਸ ਬਾਰੇ ਜਾਣਨ ਲਈ ਮਹੱਤਵਪੂਰਨ ਸਮਾਤੇ ਸਰੋਤ ਸਮਰਪਿਤ ਕੀਤੇ ਨੇ ਸੀਏਐਸਸੀ ਨੇ ਕਿਹਾ ਕਿ ਚੀਨ ਕੈਨੇਡਾ ਨਾਲ ਦਵੱਲੇ ਸਬੰਧਾਂ ਤੇ ਵਪਾਰਕ ਮਾਮਲਿਆਂ 'ਚ ਲਾਭ ਪ੍ਰਾਪਤ ਕਰਨ ਲਈ ਸਰਕਾਰੀ ਨੈਟਵਰਕ ਅਤੇ ਜਨਤਕ ਅਧਿਕਾਰੀਆਂ ਨੂੰ ਨਿਸ਼ਾਨਾ ਬਣਾਉਂਦਾ ਹੈ ਰਿਪੋਰਟ ਚ ਰੂਸ, ਈਰਾਨ, ਉੱਤਰੀ ਕੋਰੀਆ ਤੇ ਭਾਰਤ ਨੂੰ ਵੀ ਸਾਈਬਰ ਖਤਰਾ ਦੱਸਿਆ ਗਿਆ ਹੈ ਰਿਪੋਰਟ ਕਹਿੰਦੀ ਹੈ ਕਿ ਰੂਸੀ ਸਾਈਬਰ ਖਤਰੇ ਦੇ ਅੰਸਰ ਬਹੁਤ ਹੀ ਸੰਭਾਵਤ ਤੌਰ ਤੇ ਕੈਨੇਡੀਅਨ ਸਰਕਾਰ, ਮਿਲਟਰੀ, ਪ੍ਰਾਈਵੇਟ ਸੈਕਟਰ ਤੇ ਨਾਜ਼ੁਕ ਬੁਨਿਆਦੀ ਢਾਂਚੇ ਦੇ ਨੈਟਵਰਕ ਨੂੰ ਨਿਸ਼ਾਨਾ ਬਣਾ ਰਹੇ ਨੇ ਰੀਪੋਰਟ ਕਹਿੰਦੀ ਹੈ ਕਿ ਜਿਵੇਂ ਕੈਨੇਡਾ ਅਤੇ ਭਾਰਤ ਵਿਚਕਾਰ ਸਬੰਧ ਲਗਾਤਾਰ ਵਿਗੜਦੇ ਜਾ ਰਹੇ ਨੇ ਤਾਂ ਭਾਰਤ ਵੀ ਸੰਭਾਵਿਤ ਤੌਰ ਤੇ ਕੈਨੇਡਾ ਸਰਕਾਰ ਦੇ ਨੈਟਵਰਕਸ ਦੇ ਵਿਰੁੱਧ ਆਪਣੇ ਵੱੱਦ ਦੇ ਸਾਈਬਰ ਜਸੂਸੀ ਪ੍ਰੋਗਰਾਮ ਨੂੰ ਨਿਰਦੇਸ਼ਿਤ ਕਰੇਗਾ। ਕੈਨੇਡਾ ਤੇ ਭਾਰਤ ਦਰਮਿਆਨ ਪਹਿਲਾਂ ਤੋਂ ਹੀ ਤਣਾਅਪੂਰਨ ਸਬੰਧਾਂ 'ਚ ਪਿਛਲੇ 2 ਹਫ਼ਤਿਆਂ 'ਚ ਹੋਰ ਖਟਾਸ ਆ ਗਈ ਸੀ ਜਦੋਂ ਕੈਨੇਡਾ ਨੇ ਭਾਰਤ ਉੱਤੇ ਕਤਲ ਅਤੇ ਜ਼ਬਰੀ ਵਸੂਲੀ ਸਮੇਤ ਕੈਨੇਡਾ ਦੀ ਧਿਰਤੀ ਤੇ ਹਿੰਸਕ ਅਪਰਾਧ ਨਿਰਦੇਸ਼ਿਤ ਕਰਨ ਦਾ ਦੋਸ਼ ਲਾਇਆ ਸੀ। ਕੈਨੇਡਾ ਦੇ ਪਾਰਲੀਮੈਂਟਰੀ ਬਜਟ ਅਫਸਰ ਦਾ ਕਹਿਣਾ ਹੈ ਕਿ ਜੇਕਰ ਫੈਡਰਲ ਸਰਕਾਰ ਵਾਅਦੇ ਅਨੁਸਾਰ 2032 ਤੱਕ ਨਾਟੋ ਦੇ ਰੱਖਿਆ ਖਰਚੇ ਦੇ ਟੀਚੇ ਨੂੰ ਪੂਰਾ ਕਰਨਾ ਚਾਹੁੰਦੀ ਹੈ ਤਾਂ ਉਸ ਨੂੰ ਰੱਖਿਆ ਖਰਚ ਨੂੰ ਲਗਭਗ ਦੁੱਗਣਾ ਕਰਕੇ 18.9 ਬਿਲੀਅਨ ਡਾਲਰ ਕਰਨਾ ਪਵੇਗਾ ਪੀਬੀਓ ਨੇ ਇਸ ਸਿੱਟਾ ਨਾਟੋ ਟੀਚੇ ਨੂੰ ਪੂਰਾ ਕਰਨ ਦੇ ਵਿੱਤੀ ਪ੍ਰਭਾਵਾਂ ਤੇ ਪ੍ਰਕਾਸ਼ਿਤ ਇੱਕ ਰਿਪੋਰਟ ਕੀਤਾ ਨਾਟੋਟੀਚਾ ਮੰਗ ਕਰਦਾ ਹੈ ਕਿ ਮੈਂਬਰ ਦੇਸ਼ ਆਪਣੇ ਜੀਡੀਪੀ ਦਾ 2 ਫੀਸਦੀ ਰੱਖਿਆ ਤੇ ਖਰਚ ਕਰਨ ਸਰਕਾਰ ਦੀ ਤਾਜ਼ਾ ਰੱਖਿਆ ਨੀਤੀ ਜੋ ਅਪ੍ਰੈਲ ਚ ਜਾਰੀ ਕੀਤੀ ਗਈ ਸੀ ਨੇ ਅੰਦਾਜ਼ਾ ਲਗਾਇਆ ਕਿ ਰੱਖਿਆ ਖਰਚੇ ਇਸ ਦਹਾਕੇ ਦੇ ਅੰਤ ਤੱਕ ਜੀਡੀਪੀ ਦੇ 1.76 ਫੀਸਦੀ ਤੱਕ ਵੱਧ ਜਾਣਗੇ ਹਾਲਾਂਕਿ ਪੀਬੀਓ ਦਾ ਕਹਿਣਾ ਹੈ ਕਿ ਪੂਰਵ ਅਨੁਮਾਨ ਗਲਤ ਆਰਥਿਕ ਵਿਕਾਸ ਅਨੁਮਾਨਾਂ ਤੇ ਆਧਾਰਿਤ ਸਨ ਜੋ ਮੰਨਦੇ ਨੇ ਕਿ ਦੇਸ਼ 4 ਸਾਲਾਂ ਦੀ ਮੰਦੀ ਚ ਹੋਵੇਗਾ ਪੀਬੀਓ ਨੇ ਆਪਣੇ ਆਰਥਿਕ ਅਨੁਮਾਨਾਂ ਦੇ ਆਧਾਰ ਤੇ ਕਿਹਾ ਕਿ ਇਸ ਦਹਾਕੇ ਦੇ ਅੰਤ ਤੱਕ ਰੱਖਿਆ ਖਰਚ ਜੀਡੀਪੀ ਦੇ 1.58% ਤੱਕ ਪਹੁੰਚ ਜਾਵੇਗਾ ਜੋ ਇਸ ਵਿੱਤੀ ਸਾਲ ਦੇ 1.35% ਤੋਂ ਵੱਧ ਹੈ ਰਿਪੋਰਟ ਚ ਕਿਹਾ ਗਿਆ ਹੈ ਕਿ ਫੈਡਰਲ ਸਰਕਾਰ ਵੱਲੋਂ ਅਗਲੇ ਵਿੱਤੀ ਸਾਲ ਚ ਰੱਖਿਆ ਉੱਤੇ 41 ਬਿਲੀਅਨ ਡਾਲਰ ਖਰਚ ਕਰਨ ਦੀ ਉਮੀਦ ਹੈ ਤੇ ਨਾਟੋ ਦੇ ਟੀਚੇ ਨੂੰ ਪੂਰਾ ਕਰਨ ਲਈ 2032 ਤੱਕ ਲਗਭਗ 82 ਬਿਲੀਅਨ ਡਾਲਰ ਤੱਕ ਪਹੁੰਚਣ ਦੀ ਹੋਵੇਗੀ ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਕਈ ਸਾਲਾਂ ਤੋਂ ਪਨਾਹ ਗੀਰਾਂ ਦੀ ਰਿਹੈਸ਼ ਲਈ ਹੋਟਲਾਂ ਦੀ ਵਿਵਸਥਾ ਕਰ ਰਿਹਾ ਹੈ ਪਰ ਇਨ੍ਹਾਂ ਹੋਟਲਾਂ ਦੀ ਰਹਿائش ਸੰਬੰਧੀ ਕੁਝ ਨਿਯਮ ਨੇ ਜੋ ਇਹ ਨਿਯਮ ਟੁੱਟਦੇ ਨੇ ਤਾਂ ਪਨਾਹਗੀਰਾਂ ਕੋਲੋਂ ਘੱਟ ਸਮੇਂ ਦੇ ਨੋਟਿਸ ਤੇ ਕਮਰਾ ਖਾਲੀ ਕਰਵਾ ਲਿਆ ਜਾਂਦਾ ਹੈ ਅਜਿਹੀ ਸਥਿਤੀ 'ਚ ਪਨਾਹਗੀਰਾਂ ਕੋਲ ਸੜਕਾਂ ਤੇ ਗੁਜ਼ਾਰਾ ਕਰਨ ਜਾਂ ਕਿਸੇ ਵਾਕਫ ਕੋਲ ਜਾਣ ਤੋਂ ਇਲਾਵਾ ਬਹੁਤਾ ਰਾਹ ਨਹੀਂ ਬਚਦਾ ਇਸੇ ਤਰ੍ਹਾਂ ਦੇ ਇੱਕ ਮਾਮਲੇ 'ਚ ਇੱਕ ਪਨਾਹਗੀਰ ਨੇ ਆਪਣੀ ਕਾਰ ਨੂੰ ਘਰ ਬਣਾ ਕੇ ਰਹਿਣ ਲਈ ਮਜਬੂਰ ਹੋਣਾ ਪਿਆ ਕੈਨੇਡੀਅਨ মিডিਆ ਨੇ ਇਸ ਵਿਅਕਤੀ ਦਾ ਨਾਮ ਨਹੀਂ ਦੱਸਿਆ ਕਿਉਂਕਿ ਉਸ ਨੂੰ ਉਸਦੇ ਦੇਸ਼ ਵਾਪਸ ਭੇਜੇ ਜਾਣ ਦਾ ਡਰ ਹੈ ਜਿੱਥੇ ਉਹ ਆਪਣੀ ਸੁਰੱਖਿਆ ਲਈ ਚਿੰਤਤ ਹੈ ਤੇ ਉਹ ਕੈਨੇਡਾ 'ਚ ਆਪਣੇ ਸ਼ਰਨਾਰਥੀ ਦਾਅਵੇ ਤੇ ਸੁਣਵਾਈ ਦੀ ਉਡੀਕ 'ਚ ਹੈ। ਉਸਨੇ ਕਿਹਾ ਇਹ ਬਹੁਤ ਮੁਸ਼ਕਲ ਹੈ। ਰਾਤ ਨੂੰ ਬਹੁਤ ਠੰਡ ਹੁੰਦੀ ਹੈ। ਕਈ ਵਾਰੀ ਮੇਰੇ ਕੋਲ ਵਾਸ਼ਰੂਮ ਜਾਣ ਲਈ, ਕੱਪੜੇ ਬਦਲਣ ਲਈ ਥਾਂ ਨਹੀਂ ਹੁੰਦੀ। ਉੱਤਰੀ ਅਫਰੀਕਾ ਦਾ ਇਹ ਵਿਅਕਤੀ 2.5 ਸਾਲ ਪਹਿਲਾਂ ਰੌਕਸਮ ਰੋਡ ਰਾਹੀਂ ਕੈਨੇਡਾ 'ਚ ਦਾਖਲ ਹੋਇਆ ਸੀ। ਰੌਕਸਮ ਰੋਡ ਨਿਊਯਾਰਕ ਸਟੇਟ 'ਚ ਪੈਂਦੇ ਚੈਂਪਲੇਨ ਕਸਬੇ ਤੋਂ ਕੈਨੇਡਾ ਅਮਰੀਕਾ ਬਾਰਡਰ ਤੱਕ ਆਉਂਦੀ ਇੱਕ ਪਿੰਡੂ ਸੜਕ ਹੈ ਜਿਸ ਉੱਪਰ ਇੱਕ ਆ ਨਿਯਮਿਤ ਬਾਰਡਰ ਕ੍ਰੋਸਿੰਗ ਬਣ ਗਈ ਹੈ ਇਸ ਰੋਡ ਰਾਹੀਂ ਅਮਰੀਕਾ ਦੀ ਨਿਊਯਾਰਕ ਸਟੇਟ ਅਤੇ ਕੈਨੇਡਾ ਦਾ ਕਿਊਬਿਕ ਸੂਬਾ ਆਪਸ ਵਿੱਚ ਜੁੜ ਜਾਂਦੇ ਨੇ ਪਿਛਲੇ ਲੰਬੇ ਸਮੇਂ ਤੋਂ ਇਸ ਆ ਨਿਯਮਿਤ ਬਾਰਡਰ ਕ੍ਰੋਸਿੰਗ ਰਾਹੀਂ ਹਜ਼ਾਰਾਂ ਪਨਾਹਗਿਰ ਯੂਐਸ ਤੋਂ ਕੈਨੇਡਾ ਦਾਖਲ ਹੁੰਦੇ ਰਹੇ ਨੇ ਆਪਣੇ ਰੂਮ ਮੇਟ ਨਾਲ ਝਗੜਾ ਹੋਣ ਤੋਂ ਬਾਅਦ ਉਸ ਨੂੰ ਕਮਰਾ ਛੱਡਣ ਲਈ ਸਿਰਫ 3 ਦਿਨ ਦਾ ਨੋਟਿਸ ਦਿੱਤਾ ਗਿਆ ਸੀ ਪਨਾਹੀਗਿਰ ਦੇ ਦਸਤਾਵੇਜ਼ਾਂ ਦੇ ਵਿੱਚ ਆਈਆਰਸੀਸੀ ਦੇ ਪ੍ਰਤੀਨਿਧੀ ਨਾਲ ਮਿਲਣ 'ਚ ਅਸਫਲਤਾ ਅਤੇ ਹਮਲਾਵਰ ਵਿਵਹਾਰ ਨੂੰ ਹੋਟਲ 'ਚੋਂ ਬੇਦਖਲ ਕਰਨ ਦੇ ਕਾਰਨ ਵਜੋਂ ਦਰਸਾਇਆ ਗਿਆ ਹੈ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦਾ ਕਹਿਣਾ ਹੈ ਕਿ ਜੇਕਰ ਪਨਾਹੀਗਿਰ ਸੁਰੱਖਿਆ ਖਤਰਾ ਪੈਦਾ ਕਰਦੇ ਨੇ ਤਾਂ ਉਹਨਾਂ ਨੂੰ ਕਿਰਾਏ ਦੇ ਹੋਟਲਾਂ ਨੂੰ ਛੱਡਣ ਲਈ ਸ਼ਾਰਟ ਨੋਟਿਸ ਦਿੱਤਾ ਜਾ ਸਕਦਾ ਹੈ। ਵਿਭਾਗ ਦੀਆਂ ਸ਼ਰਤਾਂ ਦੇ ਤਹਿਤ ਹੋਟਲਾਂ 'ਚ ਠਹਿਰੇ ਪਨਾਹੀਗਿਰਾਂ ਨੂੰ ਕਈ ਕਾਰਨਾ ਕਰਕੇ ਕੱਢਿਆ ਜਾ ਸਕਦਾ ਹੈ ਜਿਵੇਂ ਕਿ ਰਾਤ ਦੇ 11 ਵਜੇ ਤੋਂ ਬਾਅਦ ਦੇ ਕਰਫਿਊ ਦੀ ਪਾਲਣਾ ਨਾ ਕਰਨਾ ਕਮਰੇ ਵਿੱਚ ਖਾਣਾ ਪਕਾਉਣਾ ਹਮਲਾਵਰ ਰਵਈਆ ਦਿਖਾਉਣਾ ਜਾਂ ਇਮੀਗ੍ਰੇਸ਼ਨ ਅਧਿਕਾਰੀਆਂ ਨਾਲ ਮੀਟਿੰਗਾਂ 'ਚ ਨਾ ਆਉਣਾ ਕੈਨੇਡਾ ਸਮੇਤ ਬਹੁਤ ਸਾਰੇ ਦੇਸ਼ ਅਨਿਯਮਿਤ ਪ੍ਰਵਾਸ ਅਤੇ ਜਨਤਕ رائے ਦੇ ਧ੍ਰੂਵਿਕरण ਦੇ ਦੌਰਾਨ ਪਨਾਹ ਮੰਗਣ ਵਾਲਿਆਂ ਨੂੰ ਸਵੀਕਾਰ ਕਰਨ 'ਚ ਚੁਣੌਤੀਆਂ ਦਾ ਸਾਹਮਣਾ ਕਰ ਰਹੇ ਨੇ ਕੈਨੇਡਾ ਨੇ ਹਾਲ ਹੀ ਵਿੱਚ 2025 ਤੱਕ ਪਰਮਾਨੈਂਟ ਰੈਜ਼ੀਡੈਂਟਸ ਦੀ ਗਿਣਤੀ ਵਿੱਚ 20 ਫੀਸਦੀ ਦੀ ਕਟੌਤੀ ਕਰਨ ਦਾ ਐਲਾਨ ਕੀਤਾ ਹੈ ਜਾਨਕਿ ਪੁਰਾਣੇ 5 ਲੱਖ ਲੋਕਾਂ ਦੇ ਟੀਚੇ ਨੂੰ ਘਟਾ ਕੇ 395000 ਕਰ ਦਿੱਤਾ ਗਿਆ ਹੈ ਅਜਿਹੇ ਹਾ ਉਨ੍ਹਾਂ ਸਰਵੇਖਣਾਂ ਤੋਂ ਬਾਅਦ ਵਾਪਰਿਆ ਜੋ ਦਰਸਾਉਂਦੇ ਨੇ ਕਿ ਕੈਨੇਡੀਅਨਸ ਦਾ ਇਮੀਗ੍ਰੇਸ਼ਨ ਪ੍ਰਤੀ ਨਕਾਰਾਤਮਕ ਰਵੱਈਆ ਵਧ ਰਿਹਾ ਹੈ। ਅਮਰੀਕੀ ਚੋਣਾਂ 'ਚ ਰਿਪਬਲਿਕਨ ਤੇ ਡੈਮੋਕ੍ਰੇਟ ਦੋਵਾਂ ਪਾਰਟੀਆਂ ਲਈ ਪ੍ਰਵਾਸ ਇੱਕ ਅਹਿਮ ਮੁੱਦਾ ਹੈ। ਦੋਵਾਂ ਪਾਰਟੀਆਂ ਦੇ ਉਮੀਦਵਾਰ ਦੇਸ਼ 'ਚ ਗੈਰਕਾਨੂੰਨੀ ਤਰੀਕੇ ਨਾਲ ਦਾਖਲ ਹੋਣ ਵਾਲੇ ਲੋਕਾਂ ਲਈ ਨਿਯਮ ਸਖਤ ਕਰਨ ਦੀ ਲੋੜ ਤੇ ਜ਼ੋਰ ਦੇ ਰਹੇ ਨੇ। ਖਾਸ ਕਰਕੇ ਮੈਕਸੀਕੋ ਵਾਲੇ ਪਾਸੇ ਤੋਂ ਦਾਖਲ ਹੋਣ ਵਾਲਿਆਂ ਤੇ ਡੋਨਾਲਡ ਟਰੰਪ ਨੇ ਲਗਾਤਾਰ ਪ੍ਰਵਾਸੀਆਂ ਦੇ ਗੈਰਕਾਨੂੰਨੀ ਦਾਖਲੇ ਬਾਰੇ ਸਾਵਧਾਨ ਕੀਤਾ ਹੈ ਤੇ ਬਿਨਾ ਦਸਤਾਵੇਜ਼ ਵਾਲੇ ਪ੍ਰਵਾਸੀਆਂ ਨੂੰ ਵੱਡੇ ਪੈਮਾਨੇ ਤੇ ਵਾਪਸ ਭੇਜਣ ਦੀ ਗੱਲ ਕੀਤੀ ਹੈ। ਉਹਨਾਂ ਦੀ ਡੈਮੋਕ੍ਰੇਟ ਮੁਕਾਬਲੇਬਾਜ਼ ਕਮਲਾ ਹੈਰਿਸ ਨੇ ਸਾਬਕਾ ਰਾਸ਼ਟਰਪਤੀ ਉੱਤੇ ਪ੍ਰਵਾਸ ਦੇ ਮੁੱਦੇ ਤੇ ਭੈ ਅਤੇ ਫੁੱਟ ਨੂੰ ਹਵਾ ਦੇਣ ਦੇ ਇਲਜ਼ਾਮ ਲਾਏ ਨੇ ਪਰ ਉਹਨਾਂ ਨੇ ਸਰਹੱਦੀ ਸੁਰੱਖਿਆ ਬਾਰੇ ਲਿਆਂਦੇ ਜਾਣ ਵਾਲੇ ਕਿਸੇ ਵੀ ਬਿੱਲ ਦੀ ਹਮਾਇਤ ਦਾ ਵੀ ਭਰੋਸਾ ਦਿੱਤਾ ਹੈ ਜਿਸ ਵਿੱਚ ਲੱਖਾਂ ਡਾਲਰ ਨਾਲ ਮੈਕਸੀਕੋ ਦੀ ਸਰਹੱਦ ਤੇ ਕੰਧ ਦੀ ਉਸਾਰੀ ਸ਼ਾਮਲ ਹੋਵੇਗੀ। ਸਾਲ 2023 ਦੇ ਵਿੱਚ ਵਿਦੇਸ਼ਾਂ 'ਚ ਜੰਮੇ ਲੋਕਾਂ ਦੀ ਆਬਾਦੀ ਆਪਣੇ ਸਭ ਤੋਂ ਉੱਚੇ ਪੱਧਰ 47.8 ਮਿਲੀਅਨ ਤੇ ਸੀ ਜੋ ਕਿ ਕੁੱਲ ਆਬਾਦੀ ਦਾ 14.3% ਹੈ ਇਸ ਵਿੱਚ 10.6 ਮਿਲੀਅਨ ਲੋਕ ਮੈਕਸੀਕੋ ਤੋਂ 2.8 ਮਿਲੀਅਨ ਭਾਰਤ ਤੋਂ ਅਤੇ 2.5 ਬਿਲੀਅਨ ਚੀਨ ਤੋਂ ਨੇ ਇਸੇ ਦੌਰਾਨ ਭਾਵੇਂ ਅਮਰੀਕਾ ਦੀ ਆਬਾਦੀ ਪ੍ਰਵਾਸ ਦੀ ਬਦੌਲਤ ਲਗਾਤਾਰ ਵੱਧ ਰਹੀ ਹੈ ਉੱਥੇ ਹੀ ਇਥੋਂ ਦੀ ਮੂਲ ਜਨ ਸੰਖਿਆ ਜਨਮਦਾਰ ਚ ਆਏ ਨਿਗਾਰ ਕਾਰਨ ਲਗਾਤਾਰ ਘਟ ਰਹੀ ਹੈ ਅਮਰੀਕੀ ਸੰਸਦ ਦੇ ਬਜਟ ਮੰਤਰਾਲੇ ਮੁਤਾਬਕ ਸਾਲ 2024 ਚ ਇੱਕ ਸਮਾਂ ਅਜਿਹਾ ਆਵੇਗਾ ਜਦੋਂ ਮੌਤ ਦਰ ਜਨਮ ਦਰ ਨੂੰ ਪਾਰ ਕਰ ਜਾਵੇਗੀ ਅਤੇ ਪ੍ਰਵਾਸ ਹੀ ਜਨਸੰਖਿਆ ਦੇ ਸਾਰੇ ਵਾਧੇ ਲਈ ਜ਼ਿੰਮੇਵਾਰ ਹੋਵੇਗਾ ਨਤੀਜੇ ਵਜੋਂ ਕੁਝ ਅਰਥ ਸ਼ਾਸਤਰੀ ਤੇ ਪ੍ਰਵਾਸ ਪੱਖੀ ਸਮੂਹਾਂ ਦੀ ਰਾਏ ਹੈ ਕਿ ਆਰਥਿਕ ਲੋੜਾਂ ਪੂਰੀਆਂ ਕਰਨ ਲਈ ਖਾਸ ਕਰਕੇ ਪਿੰਡੂ ਇਲਾਕੇ ਚ ਪ੍ਰਵਾਸ ਜਾਰੀ ਰਹਿਣ ਦੇਣਾ ਚਾਹੀਦਾ ਹੈ ਬੋਸਟਨ ਯੂਨੀਵਰਸਿਟੀ ਦੇ ਇਕਨੋਮਿਕਸ ਦੇ ਪ੍ਰੋਫੈਸਰ ਤਾਰਿਕ ਹਸਨ ਮੁਤਾਬਕ ਪ੍ਰਵਾਸੀਆਂ ਤੋਂ ਬਿਨਾ ਅਮਰੀਕੀ ਅਰਥਚਾਰੇ ਨੂੰ ਨੁਕਸਾਨ ਪਹੁੰਚੇਗਾ ਉਹ ਕਹਿੰਦੇ ਨੇ ਜੇ ਤੁਸੀਂ ਪ੍ਰਵਾਸੀਆਂ ਨੂੰ ਪੂਰੀ ਤਰ੍ਹਾਂ ਹਟਾ ਦਿਓ ਤਾਂ ਤੁਸੀਂ ਪ੍ਰਤੀ ਜੀ ਸਕਲ ਘਰੇਲੂ ਉਤਪਾਦ ਚ 5 ਤੋਂ 10 ਫੀਸਦੀ ਦੇ ਘਾਟੇ ਦੀ ਗੱਲ ਕਰ ਰਹੇ ਹੋ ਇਸ ਦਾ ਮਤਲਬ ਇਹ ਹੋਵੇਗਾ ਕਿ ਪ੍ਰਤੀ ਵਿਅਕਤੀ ਧਨ ਚ ਕਮੀ ਆਵੇਗੀ ਅਤੇ ਕੁੱਲ ਜੀਡੀਪੀ ਲੋਕ ਘਟ ਹੋਣ ਕਾਰਨ ਹੋਰ ਵੀ ਘਟ ਹੋਵੇਗੀ ਕਾਂਗਰਸ ਦੇ ਬਜਟ ਮੰਤਰਾਲੇ ਮੁਤਾਬਕ 2022 ਤੋਂ 2034 ਦਰਮਿਆਨ ਕਰੀਬ 91% ਪ੍ਰਵਾਸੀ ਅਮਰੀਕਾ ਆਉਣ ਸਮੇ 16 ਸਾਲ ਜਾਂ ਉਸ ਤੋਂ ਵੱਡੇ ਹੋਣਗੇ ਆਰਥਿਕਤਾ ਦੇ ਕੁਝ ਖੇਤਰ ਜਿਵੇਂ ਕਿ ਖੇਤੀਬਾੜੀ ਵਿਸ਼ੇਸ਼ ਤੌਰ ਤੇ ਪ੍ਰਵਾਸੀ ਮਜ਼ਦੂਰਾਂ ਤੇ ਨਿਰਭਰ ਹੈ ਅਮਰੀਕਾ ਦੇ ਕਿਰਤ ਮੰਤਰਾਲੇ ਦੇ ਖੇਤੀ ਕਾਮਿਆਂ ਬਾਰੇ ਨੈਸ਼ਨਲ ਸਰਵੇ ਮੁਤਾਬਕ ਭਾਵੇਂ ਉਹਨਾਂ ਚੋਂ ਜ਼ਿਆਦਾਤਰ ਬਿਨਾਂ ਦਸਤਾਵੇਜ਼ ਦੇ ਸਨ ਪਰ 70% ਖੇਤ ਕਾਮੇ ਪ੍ਰਵਾਸੀ ਨੇ ایਏਸੀ ਦੇ ਵਿਸ਼ਲੇਸ਼ਣ ਮੁਤਾਬਕ ਪ੍ਰਵਾਸੀ ਪਰਿਵਾਰਾਂ ਨੇ ਸਾਲ 2022 ਚ ਇਕੱਠੇ ਕੀਤੇ ਗਏ ਕੁੱਲ ਟੈਕਸਟ ਚੇਵੇਂ ਹਿੱਸੇ ਦਾ ਯੋਗਦਾਨ ਪਾਇਆ ਲਗਭਗ 580 ਬਿਲੀਅਨ ਅਮਰੀਕੀ ਡਾਲਰ ਰੈਵਨਿਊ ਦੇ ਹਿਸਾਬ ਨਾਲ ਅਮਰੀਕਾ ਦੀਆਂ 500 ਵੱਡੀਆਂ ਕੰਪਨੀਆਂ ਦੀ ਹਰ ਸਾਲ ਜਾਰੀ ਕੀਤੀ ਜਾਣ ਵਾਲੀ ਸੂਚੀ ਫੋਰਚੂਨ 500 ਦੀ ਸੂਚੀ ਵਿੱਚੋਂ 45% ਦੇ ਮੋਢੀ ਪ੍ਰਵਾਸੀ ਜਾਂ ਉਹਨਾਂ ਦੀਆਂ ਸੰਤਾਨਾਂ ਸਨ ਪ੍ਰਵਾਸੀਆਂ ਨੇ ਅਮਰੀਕਾ ਦੇ ਸਟਾਰਟਅੱਪਸ ਵਿੱਚੋਂ 1 ਬਿਲੀਅਨ ਦੇ 55% ਨਵੇਂ ਕਾਰੋਬਾਰ ਸ਼ੁਰੂ ਕੀਤੇ ਨੇ ਐਸੋਸੀਏਸ਼ਨ ਆਫ ਇੰਟਰਨੈਸ਼ਨਲ ਐਜੂਕੇਟਰਜ਼ ਮੁਤਾਬਕ ਸਾਲ 2022-2023 ਦੇ ਅਕਾਦਮਿਕ ਸਾਲ ਦੌਰਾਨ 10 ਲੱਖ ਤੋਂ ਜ਼ਿਆਦਾ ਕੌਮਾਂਤਰੀ ਵਿਦਿਆਰਥੀ ਅਮਰੀਕਾ ਆਏ ਜਿਨ੍ਹਾਂ ਨੇ ਦੇਸ਼ ਦੀ ਆਰਥਿਕਤਾ 'ਚ 40 ਬਿਲੀਅਨ ਅਮਰੀਕੀ ਡਾਲਰ ਤੋਂ ਜ਼ਿਆਦਾ ਦਾ ਯੋਗਦਾਨ ਦਿੱਤਾ ਤੇ ਟਿਊਸ਼ਨ ਅਤੇ ਰਹਿਣ ਸਹਿਣ ਦੇ ਖਰਚੇ ਰਾਹੀਂ 368 ਹਜ਼ਾਰ ਨੌਕਰੀਆਂ ਪੈਦਾ ਕੀਤੀਆਂ ਅਮਰੀਕੀ ਅਰਥਵਿਵਸਥਾ 'ਚ ਪ੍ਰਵਾਸੀਆਂ ਦੀ ਭੂਮਿਕਾ ਦੇ ਬਾਵਜੂਦ ਤਾਜ਼ਾ ਗੈਲਪ ਪੋਲ ਸਾਹਮਣੇ ਆਇਆ ਹੈ 55% ਅਮਰੀਕੀ ਪ੍ਰਵਾਸ ਨੂੰ ਘਟਾਉਣ ਦੇ ਹੱਕ 'ਚ ਨੇ ਲਾਰੈਂਸ ਬਿਸ਼ਨੋਈ ਗੈਂਗ ਤੇ ਨਕੀਲ ਕੱਸਣ ਦੀਆਂ ਕੋਸ਼ਿਸ਼ਾਂ ਨੂੰ ਹੁਲਾਰਾ ਦੇਣ ਲਈ US ਅਧਿਕਾਰੀਆਂ ਨੇ ਮੁੰਬਈ ਪੁਲਿਸ ਨੂੰ ਲਾਰੈਂਸ ਦੇ ਛੋਟੇ ਭਰਾ ਅਨਮੋਲ ਬਿਸ਼ਨੋਈ ਦੀ ਉਹਨਾਂ ਦੇ ਦੇਸ਼ 'ਚ ਮੌਜੂਦਗੀ ਬਾਰੇ ਸੂਚਿਤ ਕੀਤਾ ਹੈ। ਇਸ ਤੋਂ ਬਾਅਦ ਮੁੰਬਈ ਪੁਲਿਸ ਨੇ ਉਸ ਦੀ ਹਵਾਲਗੀ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਤੇ ਅਪਰਾਧ ਸ਼ਾਖਾ ਨੇ ਇਸ ਸਬੰਧ 'ਚ ਪਿਛਲੇ ਮਹੀਨੇ ਇੱਥੇ ਇੱਕ ਵਿਸ਼ੇਸ਼ ਅਦਾਲਤ 'ਚ ਵੀ ਪਹੁੰਚ ਕੀਤੀ ਸੀ। ਇੰਡੀਅਨ ਐਕਸਪ੍ਰੈਸ ਨੇ ਆਪਣੀ ਰਿਪੋਰਟ 'ਚ ਇੱਕ ਸੀਨੀਅਰ ਅਧਿਕਾਰੀ ਦੇ ਹਵਾਲੇ ਨਾਲ ਕਿਹਾ ਕਿ 16 ਅਕਤੂਬਰ ਨੂੰ ਮੁੰਬਈ ਪੁਲਿਸ ਨੇ ਅਦਾਲਤ 'ਚ ਪੇਸ਼ ਹੋ ਕੇ ਦੱਸਿਆ ਕਿ ਉਹ ਸਲਮਾਨ ਖਾਨ ਦੇ ਘਰ ਗੋਲੀਬਾਰੀ ਦੇ ਮਾਮਲੇ 'ਚ ਅਨਮੋਲ ਦੀ ਹਵਾਲਗੀ ਦੀ ਕਾਰਵਾਈ ਸ਼ੁਰੂ ਕਰਨਾ ਚਾਹੁੰਦੇ ਨੇ ਅਪ੍ਰੈਲ 'ਚ ਸਨਮਾਨ ਖਾਨ ਦੇ ਘਰ ਦੇ ਬਾਹਰ ਗੋਲੀਬਾਰੀ ਸਮੇਤ ਕਈ ਹੋਰ ਵੱਡੀਆਂ ਕਾਰਵਾਈਆਂ ਨੂੰ ਅਨਮੋਲ ਦੁਆਰਾ ਅੰਜਾਮ ਦਿੱਤੇ ਜਾਣ ਦਾ ਦੋਸ਼ ਹੈ ਸਾਬਕਾ ਵਿਧਾਇਕ ਬਾਬਾ ਸਦਕੀ ਦੇ ਕਤਲ ਵਿੱਚ ਵੀ ਅਨਮੋਲ ਦਾ ਨਾਮ ਹਾਲ ਹੀ 'ਚ ਆਇਆ ਸੀ ਜਿਸ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਅਨਮੋਲ ਨੇ ਨੇਤਾ ਉੱਤੇ ਗੋਲੀ ਚਲਾਉਣ ਵਾਲੇ ਮਲਜ਼ਮਾ ਨਾਲ ਗੱਲ ਕੀਤੀ ਸੀ ਪਿਛਲੇ ਹਫ਼ਤੇ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ ਨੇ ਅਨਮੋਲ ਤੇ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ ਸੀ ਏਜੰਸੀ ਨੇ ਕਿਹਾ ਕਿ ਉਸ ਵਿਰੁੱਧ 18 ਕੇਸ ਦਰਜ ਨੇ ਜਿਨ੍ਹਾਂ ਵਿੱਚ ਇੱਕ ਕੇਸ ਇਹ ਵੀ ਸ਼ਾਮਲ ਹੈ ਜਿਸ ਵਿੱਚ ਉਸ ਨੇ ਕਥਿਤ ਤੌਰ ਤੇ 2022 ਚ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਹਤਿਆ ਕਰਨ ਵਾਲੇ ਮੁਲਜ਼ਮਾਂ ਨੂੰ ਹਥਿਆਰ ਅਤੇ ਲੌਜਿਸਟਿਕ ਸਹਾਇਤਾ ਪ੍ਰਦਾਨ ਕੀਤੀ ਸੀ ਰਿਪੋਰਟ ਚ ਅਧਿਕਾਰੀਆਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਅਨਮੋਲ ਦੀ ਸਲਮਾਨ ਖਾਨ ਖਿਲਾਫ ਚਾਰ ਸ਼ੀਟ ਚ ਲੋੜੀਂਦੇ ਮੁਲਜ਼ਮ ਵਜੋਂ ਪਛਾਣ ਕੀਤੀ ਗਈ ਸੀ ਜਿਸ ਤੋਂ ਬਾਅਦ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ ਸੀ ਅਧਿਕਾਰੀ ਨੇ ਕਿਹਾ ਕਿ ਰੈੱਡ ਕਾਰਨਰ ਨੋਟਿਸ ਦੇ ਆਧਾਰ ਤੇ ਅਮਰੀਕੀ ਅਧਿਕਾਰੀਆਂ ਨੇ ਕੁਝ ਮਹੀਨੇ ਪਹਿਲਾਂ ਸਾਡੇ ਨਾਲ ਸੰਪਰਕ ਕੀਤਾ ਸੀ ਤੇ ਅਨਮੋਲ ਦੀ ਅਮਰੀਕਾ 'ਚ ਮੌਜੂਦਗੀ ਬਾਰੇ ਸਾਨੂੰ ਅਲਰਟ ਕੀਤਾ ਸੀ ਅਧਿਕਾਰੀਆਂ ਨੇ ਕਿਹਾ ਕਿ ਇਸ ਗੱਲ ਤੇ ਕੋਈ ਸਪਸ਼ਟਤਾ ਨਹੀਂ ਹੈ ਕਿ ਅਨਮੋਲ ਨੂੰ ਫਿਲਹਾਲ ਅਮਰੀਕੀ ਅਧਿਕਾਰੀਆਂ ਨੇ ਹਿਰਾਸਤ 'ਚ ਲਿਆਏ ਜਾਂ ਨਹੀਂ ਪਰ ਉਸ ਦੇ ਸੰਭਾਵਿਤ ਟਿਕਾਣੇ ਦਾ ਪਤਾ ਲਗਾਇਆ ਜਾ ਸਕਦਾ ਹੈ ਪਿਛਲੇ ਮਹੀਨੇ ਦਾਇਰ ਵੱਖਰੀਆਂ ਅਰਜ਼ੀਆਂ ਤੋਂ ਬਾਅਦ ਅਦਾਲਤ ਨੇ ਪੁਲਿਸ ਨੂੰ ਲੋੜੀਂਦੇ ਦਸਤਾਵੇਜ਼ ਤਿਆਰ ਕਰਨ ਦੀ ਇਜਾਜ਼ਤ ਦਿੱਤੀ ਸੀ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਜਾਂਦੇ ਜਾਂਦੇ ਇੱਕ ਵਾਰ ਫਿਰ ਨਜ਼ਰ ਪਾਉਨੇ ਆ ਹੈਡਲਾਈਨਸ ਤੇ ਕੌਂਸਲਰ ਕੈਂਪਾ ਦੌਰਾਨ ਸੰਭਾਵਿਤ ਪ੍ਰਦਰਸ਼ਨ ਰੋਕਣ ਲਈ ਇੰਤਜ਼ਾਮ ਗੁਰਦੁਆਰੇ ਦੇ ird gird ਬਫਰ ਜ਼ੋਨ ਸਥਾਪਿਤ ਕਰਨ ਦੇ ਹੁਕਮ ਵੈਂਕੂਵਰ ਦੇ ਫੂਡ ਬੈਂਕ ਵੱਲੋਂ ਸਟੂਡੈਂਟਸ ਨੂੰ ਭੋਜਨ ਦੇਣ ਤੋਂ ਮਨਾਹੀ ਸਟੂਡੈਂਟਸ ਦੀ ਵਧ ਰਹੀ ਗਿਣਤੀ ਨੂੰ ਦੱਸਿਆ ਕਾਰਨ ਉਵਨ ਚਮਰਤ ਮੜੀ ਗੁਰਸਿਮਰਨ ਦੇ ਅੰਤਮ ਸੰਸਕਾਰ ਚ ਦੇਰ ਪਰਿਵਾਰ ਦੀ ਮਦਦ ਲਈ ਸਿੱਖ ਪਾਈਚਾਰਾ ਆਇਆ ਅੱਗੇ ਚੀਨ ਤੇ ਸਰਕਾਰੀ ਜਾਣਕਾਰੀ ਚੋਰੀ ਕਰਨ ਦੇ ਗੰਭੀਰ ਇਲਜ਼ਾਮ ਸਰਕਾਰ ਨਾਲ ਜੁੜੇ ਘੱਟੋ ਘੱਟ 20 ਨੈਟਵਰਕਸ ਦੇ ਵਿੱਚ ਹੋਈ ਕੁਸਪੈਟ ਇਸ ਦਿਨ ਆਲੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ